सब सोभा अल्लाजी आसमाना जमीन बनाने वाले फरिश्तिया पैगाम लिया दो, दो तीन तीन चार चार पर वाले ओ बधा दैदा करो चाहे अल्लाह का जरूर हर का उत्ते वस चलता है जो खोल दे अल्लाह लोगों लिये कुछ रहमत दुआ ਤਾ ਕੋਈ ਨਹੀਂ ਬੰਦ ਕਰਨ ਵਾਲਾ ਉਸ ਨੂੰ ਤੇ ਜੋ ਬੰਦ ਕਰ ਰੱਖੇ ਤਾਂ ਕੋਈ ਨਹੀਂ ਖੋਲਣ ਵਾਲਾ ਉਸ ਨੂੰ ਪਿੱਛੇ ਹੋ ਦੇ ਤੇ ਉਹ ਹੀ ਹੈ ਜ਼ਰਾਵਾਰੀ ਹਕਮਤ ਵਾਲਾ ਪਹਿ ਲੋਕੋ ਯਾਦ ਕਰੋ ਇਹਸਾਨ ਅੱਲਾ ਦਾ ਆਪਣੇ ਉੱਤੇ ਪਹਿਲਾ ਹੈ ਕੋਈ ਪੈਦਾ ਕਰਨ ਵਾਲਾ ਸਵਾਲ ਅੱਲਾ ਦੇ ਜੋ ਰਿਜ਼ਕ ਦੇ ਤੁਹਾਨੂੰ ਆਸਮਾਨੋਂ ਤੇ ਜ਼ਮੀਨੋਂ ਉਸ ਬਿਨ ਕੋਈ ਬੰਦਗੀ ਦੇ ਲਾਇਕ ਨਹੀਂ ਆਖਰ ਕਿੱਧਰ ਠੋਖਾ ਖਾਂਦੇ ਫਿਰਦੇ ਹੋ اے ਹਦੀਬ ਜੇ ਛੁਟਰਾਂ ਤੈਨੂੰ ਕਾਂਚ ਖੁਲਾਏ ਗਏ ਨੇ ਕਈ پیغمبر ਤੇ ਤੋਂ ਪਹਿਲੇ ਤੇ ਅੱਲਾ ਹੀ ਵੱਲ ਮੋੜੇ ਜਾਂਦੇ ਨੇ ਸਭ ਕੰਮ ਇਹ ਲੋਕੋ ਵਾਦਾ ਅੱਲਾ ਦਾ ਜ਼ਰੂਰ ਸੱਚਾ ਹੈ ਧੋਖਾ ਨਾ ਦੇ ਤੁਹਾਨੂੰ ਜੀਉਣਾ ਦੁਨੀਆ ਦਾ ਤੇ ਨਾ ਧੋਖਾ ਦੇ ਤੁਹਾਨੂੰ ਅੱਲਾ ਦੇ ਬਾਰੇ ਸ਼ੈਤਾਨ ਫਰੇਬੀ ਸ਼ੈਤਾਨ ਤੁਹਾਡਾ ਜ਼ਰੂਰ ਵੈਰੀ ਹੈ ਸੋ ਤੁਸੀਂ ਵੀ ਸਮਝ ਰੱਖੋ ਨੂੰ ਆਪਣਾ ਵੈਰੀ ਮੇਰਾ ਇਸ ਵਾਸਤੇ ਸਦਾ ਹੈ ਆਪਣੀ ਰਾਹ ਉੱਤੇ ਆਪਣੇ ਟੋਲੇ ਨੂੰ ਤਾਂ ਹੋ ਜਾਣ ਦੋਖ ਵਾਲਿਆਂ ਵਿੱਚੋਂ ਜਿਹੜੇ ਬੇਈਮਾਨ ਹੋਏ ਉਨਾਂ ਨੂੰ ਮਾਰੇ ਸਖਤ ਤੇ ਜਿੰਨਾ ਮੰਨਿਆਂ ਤੇ ਕੀਤੀਆਂ ਭਲਾਈਆਂ ਉਹਨਾਂ ਲਈ ਬਖਸ਼ਿਸ਼ ਹੈ ਤੇ ਸਵਾਬ ਬੜਾ ਪਲਾ ਫਿਰ ਗਿਦਲੀ ਸੁਜਾਇਆ ਗਿਆ ਬੁਰਾ ਕਰਤਬ ਹੋਦਾ ਫਿਰ ਵੇਖਿਓ ਸੁ ਉਹਨੂੰ ਸੋਣਾ ਅੱਲਾਹ ਰਹਾਉ ਭੁਲਾਉਂਦਾ ਜਿਸਨੂੰ ਚਾਹੇ ਤੇ ਰਾਹ ਪਾਉਂਦਾ ਜਿਸਨੂੰ ਚਾਹੇ ਹਬੀਬ ਸੋਣਾ ਜਾਂਦੀ ਰਹੇ ਜਾਨ ਤੇਰੀ ਉਹਨਾਂ ਖਾਤਰ ਗਮ ਤੇ ਅਫਸੋਸ ਨਾਲ ਅੱਲਾਹ ਜ਼ਰੂਰ ਜਾਣਦਾ ਜੋ ਕਰਦੇ ਨੇ ਕਿ ਅੱਲਾਹ ਉਹ ਏ ਜਿਨ ਭੇਜੀਆਂ ਹਵਾਵਾਂ ਫਿਰ ਚੁੱਕ ਲਿਆਉਂਦਿਆਂ ਨੇ ਬਦਲ ਫਿਰ ਤੋਰਿਆ ਅਸਾਂ ਉਸ ਨੂੰ ਮੋਏ ਦੇਸ ਵੱਲ ਫਿਰ ਜਵਾਈ ਅਸਾਂ ਉਸ ਨਾਲ ਜ਼ਮੀਨ ਪਿੱਛੇ ਉਸ ਦੇ ਮਰਨੇ ਦੇ ਐਸੀ ਤਰ੍ਹਾਂ ਜੀ ਉਠਣਾ ਮੋਿਆਂ ਦਾ ਜਿਹੜਾ ਚੰਦ ਹੋਵੇ ਇਜ਼ਤ ਤਾਂ ਅੱਲਾ ਹੀ ਵਾਥੀ ਜੋ ਚਾਰੀ ਉਸੇ ਵੱਲ ਚੜਦੀ ਇਕਲਾਮ ਪਾਕੀਜ਼ਾ ਤੇ ਅਮਲ ਨੇਕ ਚੁੱਕ ਲਿਆ ਜਾਂਦਾ ਉਹਨੂੰ ਤੇ ਜਿਹੜੇ ਦਾ ਲਾਂਦੇ ਨੇ ਬੇਹੁਦਾ ਉਹਨਾਂ ਨੂੰ ਮਾਰੇ ਸਖਤ ਤੇ ਦਾ ਉਹਨਾਂ ਦਾ ਆਪਣੇ ਆਪ ਬਰਬਾਦ ਹੋ ਜਾਂਦਾ ਹੈ ਅੱਲਾ ਨੇ ਬਣਾਇਆ ਤੁਹਾਨੂੰ ਮਿੱਟੀ ਤੋਂ ਫਿਰ ਪਾਣੀ ਦੀ ਬੂੰਦ ਤੋਂ ਫਿਰ ਕਰ ਦਿੱਤਾ ਤੁਸਾਂ ਨੂੰ ਜੋੜੇ-ਜੋੜੇ ਤੇ ਨਹੀਂ ਟਿੱਡ ਹੋ ਜਾਂਦਾ ਕਿਸੇ ਮਾਦੀ ਨੂੰ ਤੇ ਨਾ ਬੱਚਾ ਜਾਣਦੀ ਏ ਬਾਝ ਉਹਦੇ ਜਾਣਨੇ ਦੇ ਤੇ ਨਹੀਂ ਉਮਰ ਮਿਲਦੀ ਕਿਸੇ ਬੜੀ ਉਮਰ ਵਾਲੇ ਨੂੰ ਤੇ ਨਾ ਘਟਦੀ ਏ ਕਿਸੇ ਦੀ ਉਮਰ ਪਲ ਲਿਖੀ ਏ ਕਿਤਾਬ ਵਿੱਚ ਇੱਕ ਕੰਮ ਅੱਲਾ ਅੱਗੇ ਜ਼ਰੂਰ ਆਸਾਨ ਏ ਤੇ ਨਹੀਂ ਬਰਾਬਰ ਨੇ ਦੋਵੇਂ ਦਰਿਆ ਇਹ ਇੱਕ ਮਿੱਠਾ ਏ ਤੇਰੇ 부ਜਾਂਦਾ ਸੁਖ ਲੱ ਸੰਘੋ ਲੱਗਦਾ ਪਾਣੀ ਉਸ ਦਾ ਤੇ ਇਹ ਖਾਰਾ ਹੈ ਕੌੜਾ ਤੇ ਹਾਰਿਕ ਵਿੱਚੋਂ ਖਾਂਦੇ ਹੋ ਗੋਸ਼ਟ ਤਾਜ਼ਾ ਤੇ ਕੱਢਦੇ ਹੋ ਮੋਤੀ ਗਹਿਣਾ ਜਿਹੜਾ ਪਹਿਨਦੇ ਹੋ ਤੇ ਦੇਖਣਾ ਹੈ ਜਹਾਜ਼ ਉਸ ਵਿੱਚ ਪਾਣੀ ਪਾੜ ਕੇ ਤੁਰਦੇ ਤਾਂ ਤੁਸੀਂ ਟੁੰਡੋ ਉਸ ਦੇ ਫਜ਼ਲ ਵਿੱਚੋਂ ਤੇ ਸ਼ਾਇਦ ਤੁਸੀਂ ਸ਼ੁਕਰ ਕਰੋ ਵਾਰ ਦਿੰਦਾ ਹੈ ਰਾਤ ਨੂੰ ਦਿਨ ਵਿੱਚ ਤੇ ਵਾਰ ਦਿੰਦਾ ਹੈ ਦਿਨ ਨੂੰ ਰਾਤ ਵਿੱਚ ਤੇ ਕੰਮ ਲਗਾਇਆ ਸੁ ਸੂਰਜ ਤੇ ਚੰਨ ਨੂੰ ਹਰ ਇੱਕ ਤੁਰਦਾ ਹੈ ਇੱਕ ਵਕਤ ਮੁਕਰਰ ਤੱਕ ਇਹੋ ਜੇ ਅੱਲਾ ਰੱਬ ਤੁਹਾਡਾ ਉਸੇ ਦਾ ਰਾਜ ਹੈ ਤੇ ਜਿਨ੍ਹਾਂ ਨੂੰ ਸਾਦੇ ਉਹ ਸਵਾ ਉਹ ਦੇ ਉਹ ਮਾਲਕ ਨਹੀਂ ਖਜੂਰ ਦੀ ਗਟਕ ਦੀ ਛਿਲੜ ਦੇ ਵੀ ਤੇ ਜੇ ਸਦੋਂ ਉਹਨਾਂ ਨੂੰ ਨਹੀਂ ਸੁਣਦੇ ਸਦਨਾ ਤੁਹਾਡਾ ਤੇ ਜੇ ਸੁਣਦੇ ਨੇ ਤਾਂ ਨਹੀਂ ਪਹੁੰਚਦੇ ਤੁਸਾਂ ਦੇ ਕੰਮ ਉਤੇ ਤੇ ਦਿਨ ਕਿਆਮਤ ਦੇ ਨਾ ਮੰਨਨਗੇ ਤੁਹਾਡੇ ਸ਼ਰੀਕ ਠਹਿਰਾਣੇ ਨੂੰ ਤੇ ਕੋਈ ਨਾ ਦੱਸੇਗਾ ਤੈਨੂੰ ਵਾਕਫਕਾਰ ਦੇ ਦੱਸਣ ਗਿਆ ਯਾਨੀ ਅੱਲਾਹ ਤਾਲਾ ਨਾਲੋਂ ਬਿਹਲਾ ਹਾਲ ਦਾ ਵਾਕਫ ਕੋਈ ਨਹੀਂ ਉਹ ਫਰਮਾਂਦਾ ਕਿ ਸਭ ਸ਼ਰੀਕ ਝੂਠੇ ਨੇ ਇਹ ਲੋਕੋ ਉਸੀ ਲੋੜ ਵੰਦੋ ਅੱਲਾਹ ਦੀ ਤਰਫ ਕਿ ਅੱਲਾਹ ਉਹ ਹੀ ਏ ਬੇਪਰਵਾਹ ਸਲਾਇਆ ਹੋਇਆ ਜੇ ਚਾਹੇ ਫਨਾ ਕਰ ਦੇ ਤੁਹਾਨੂੰ ਤੇ ਲਿਆਵੇ ਖਲਕਤ ਨਵੀ ਤੇ ਨਹੀਂ ਹੋਏ ਕੰਮ ਅੱਲਾਹ ਗੇ ਪਾਰੂ ਤੇ ਨਾ ਚੁਕੇਗਾ ਕੋਈ ਭਾਰ ਚੁਕਣ ਵਾਲਾ ਭਾਰ ਦੂਸਰੇ ਦਾ ਤੇ ਜੇ ਸੱਦੇ ਕੋਈ ਭਾਰ ਨਾਲ ਲਦਿਆ ਹੋਇਆ ਆਪਣੇ ਭਾਰ ਵਡ ਕੋਈ ਨਾ ਚੁਕੇ ਉਸ ਵਿੱਚੋਂ ਇੱਕ ਜਰਾ ਭਾਵੇਂ ਜੇਕਰ ਹੋਵੇ ਸਾਕੇਦਾਰ ਟੂੜ ਰਾਨਾ ਮੇਰਾ ਉਹਨਾਂ ਨੂੰ ਜਿਹੜੇ ਖੌਫ ਰੱਖਦੇ ਨੇ ਆਪਣੇ ਰੱਬ ਦਾ ਬਿੰਡ ਠਿਆਂ ਤੇ ਦਰੁਸਤ ਪਰਦੇ ਨੇ ਨਮਾਜ਼ ਤੇ ਜਿਹੜਾ ਪਾਕ ਹੋਇਆ ਸੋ ਪਾਕ ਹੁੰਦਾ ਹੈ ਮੇਰਾ ਆਪਣੇ ਭਲੇ ਨੂੰ ਤੇ ਅੱਲਾ ਹੀ ਬਲ ਮੁਰਨਾ ਹੈ ਤੇ ਨਹੀਂ ਬਰਾਬਰ ਹੁੰਦਾ ਅੰਨਾ ਤੇ ਸੁਜਾਖਾ ਤੇ ਨਾ ਹਨੇਰੇ ਤੇ ਨਾ ਚਾਨਣ ਤੇ ਨਾ ਠੰਡੀ ਛਾਂ ਤੇ ਨਾ ਗਰਮ ਲੋ ਤੇ ਨਹੀਂ ਬਰਾਬਰ ਹੁੰਦੇ ਜਿਉਂਦੇ ਤੇ ਮੋਏ ਅੱਲਾ ਜ਼ਰੂਰ ਸੁਣਾਉਂਦਾ ਹੈ ਜਿਸ ਨੂੰ ਚਾਹੇ ਐ ਹਬੀਬ ਤੇ ਤੂੰ ਨਹੀਂ ਸੁਣਾਉਣ ਵਾਲਾ ਉਹਨਾਂ ਨੂੰ ਜਿਹੜੇ ਕਬਰਾਂ ਵਿੱਚ ਨੇ ਨਹੀਂ ਤੂੰ ਪਰ ਡਰਾਉਣ ਵਾਲਾ ਅਸਾ ਭੇਜਿਆ ਤੈਨੂੰ ਸੱਚਾ ਦੀਨ ਦੇ ਕੇ ਖੁਸ਼ਖਬਰੀ ਸੁਣਾਉਂਦਾ ਤੇ ਡਰਾਉਂਦਾ ਤੇ ਨਹੀਂ ਕੋਈ ਉਮਤ ਪਰ ਗੁਜ਼ਰ ਚੁੱਕਾ ਹੈ ਉਸ ਵਿੱਚ ਡਰਾਉਣ ਵਾਲਾ ਤੇ ਜੇ ਝੁਠਲਾਣ ਤੈਨੂੰ ਤਾਂ ਝੁਠਲਾ ਚੁੱਕੇ ਨੇ ਜਿਹੜੇ ਪਹਿਲੇ ਸਨ ਇਹਨਾਂ ਦੇ ਲਿਆਏ ਉਹਨਾਂ ਕੋਲ ਪੈਗੰਬਰ ਉਹਨਾਂ ਦੇ ਸਾਫ ਦਲੀਲਾਂ ਤੇ ਹੁਕਮਨਾਮੇ ਤੇ ਕਿਤਾਬ ਰੋਸ਼ਨ ਹਦਾਇਤ ਦੇਣ ਵਾਲੀ फिर पकड़े मैं जड़े बेईमान हुए फिर क्या कुआ हुआ आजाब मेरा भला तू नहीं वेख्या अल्लाह ने उतारे आसमानों पानी फिर कडे नाल मेवे जुदा जुदा ने रंग ओर पहाड़ा ने चिट्टियां ते लाल ते कालियां सिया जुदा जुदा रंग ने दे ते ते आदमियां ते जानदारा विचों जुदा जुदा ने रंग हर एक दे तरह डरदे ने खुदा तो बंदियां विचों नेरे समझ वाले

ਸੱਚ ਆਖਦੀ ਆ ਆਪਣੇ ਤੋਂ ਅਗਲੀ ਨੂੰ ਅੱਲਾ ਆਪਣੇ ਬੰਦਿਆਂ ਦੇ ਹਾਲ ਦੀ ਜ਼ਰੂਰ ਖਬਰ ਰੱਖਦਾ ਹੈ ਵੇਖਦਾ ਹੈ ਫਿਰ ਵਾਰਸ ਬਣਾਏ ਅਸਾਂ ਕਿਤਾਬ ਦੇ ਜਿਨ੍ਹਾਂ ਨੂੰ ਪਸੰਦ ਕੀਤਾ ਸਾ ਆਪਣੇ ਬੰਦਿਆਂ ਵਿੱਚੋਂ ਫਿਰ ਕੋਈ ਉਹਨਾਂ ਵਿੱਚੋਂ ਜ਼ੁਲਮ ਕਰਨ ਵਾਲਾ ਹੈ ਆਪਣੀ ਜਾਨ ਤੇ ਤੇ ਕੋਈ ਉਹਨਾਂ ਵਿੱਚੋਂ ਵਿਚਾਰਲੀ ਚਾਲਦਾ ਤੇ ਕੋਈ ਉਹਨਾਂ ਵਿੱਚੋਂ ਮੋਰੀਏ ਨੇਕੀਆਂ ਵਿੱਚ ਅੱਲਾ ਦੇ ਹੁਕਮ ਨਾਲ ਇਹੋ ਹੀ ਹੈ ਬੜੀ ਬਜ਼ੁਰਗੀ ਬਹਿਸ਼ਤ ਹਮੇਸ਼ਾ ਵਸਣ ਦੇ ਜਿਨ੍ਹਾਂ ਵਿੱਚ ਵੜਨ ਗਏ ਪਹਿਨਾਏ ਜਾਣਗੇ ਉੱਥੇ ਕੜੇ ਸੋਨੇ ਦੇ ਤੇ ਮੋਤੀ ਤੇ ਪੋਸ਼ਾਕ ਉਹਨਾਂ ਦੀ ਏ ਉਥੇ ਰੇਸ਼ਮ ਦੀ ਤੇ ਆਖਿਓ ਨੇ ਸਭ ਸੋਭਾ ਅੱਲਾ ਹੀ ਦੀਏ ਜਿਨ ਦੂਰ ਕੀਤਾ ਸਾਨੂੰ ਤੋਂ ਝੂਰਾ ਸਾਡਾ ਰੱਬ ਜ਼ਰੂਰ ਬਖਸ਼ਨਹਾਰ ਏ ਕਦਰ ਸ਼ਨਾਸ ਜਿਨ ਉਤਾਰਿਆ ਸਾਨੂੰ ਹਮੇਸ਼ਾ ਰਹਿਣ ਦੇ ਅਧਿਕਾਰ ਵਿੱਚ ਆਪਣੇ ਫਜ਼ਲ ਨਾਲ ਨਾ ਪਹੁੰਚੇ ਸਾਨੂੰ ਉਸ ਵਿੱਚ ਕੁਝ ਦੁੱਖ ਤੇ ਨਾ ਲੱਗੇ ਸਾਨੂੰ ਉਸ ਵਿੱਚ ਕੁਝ ਤਕੀਵਾ ਤੇ ਜਿਹੜੇ ਬੇਈਮਾਨ ਹੋਏ ਉਹਨਾਂ ਲਈ ਆਗੇ ਦੋਜ਼ਖ ਦੀ ਨਾ ਹੁਕਮ ਚੜੇਗਾ ਉਹਨਾਂ ਉਤੇ ਜੇ ਮਰ ਜਾਣ ਤੇ ਨਾ ਹਲਕਾ ਹੋਏਗਾ ਉਹਨਾਂ ਉਤੋਂ ਉਸ ਦੇ ਅਜ਼ਾਬ ਵਿੱਚੋਂ ਐਸੀ ਤਰ੍ਹਾਂ ਅਸੀਂ ਬਦਲਾ ਦੇਨੇ ਆ ਹਰ ਇੱਕ ਬੜੇ ਨਾ ਸ਼ੁਕਰੇ ਨੂੰ ਤੇ ਉਹ ਜੀਕਾ ਮਾਰਦੇ ਨੇ ਉੱਥੇ ਸਾਡੇ ਰੱਬਾ ਕੱਢ ਲੈ ਸਾਨੂੰ ਤਾਂ ਅਸੀਂ ਕਰੀਏ ਕੋਈ ਨੇਕ ਕੰਮ ਸਵਾ ਉਸ ਕੰਮ ਦੇ ਜੋ ਅਸੀਂ ਕਰਦੇ ਰਹੇ ਸਾਂ ਭਲਾ ਤੇ ਉਮਰ ਨਹੀਂ ਸੀ ਦਿੱਤੀ ਅਸਾਂ ਤੁਹਾਨੂੰ ਇਤਨੀ ਜਿਸ ਵਿੱਚ ਸੋਚ ਲੈ ਜਿੰਨ ਸੋਚਣਾ ਹੋਵੇ ਤੇ ਆਇਆ ਸੀ ਤੁਸਾਂ ਕੋਈ ਡਰਾਉਣ ਵਾਲਾ ਹੁਣ ਸਵਾਦ ਚੱਖੋ ਫੇਰ ਕੋਈ ਨਹੀਂ ਜ਼ਾਲਮਾਂ ਦਾ ਮਦਦਗਾਰ ਅੱਲਾ ਜ਼ਰੂਰ ਜਾਣਨੇ ਵਾਲਾ ਹੈ छुपी ਹੋਈ ਚੀਜ਼ ਆਸਮਾਨ ਤੇ ਜ਼ਮੀਨ ਦੀ ਉਹ ਜ਼ਰੂਰ ਜਾਣਦਾ ਹੈ ਦਿਲਾਂ ਦੇ ਪੇਤ ਉਹੋ ਹੀ ਏ ਜਿਨ ਬਣਾ ਦਿੱਤਾ ਤੁਹਾਨੂੰ ਖਲੀਫੇ ਜ਼ਮੀਨ ਵਿੱਚ ਫੇਰ ਜਿਹੜਾ ਬੇਈਮਾਨ ਹੋਇਆ ਸੋ ਉਸੇ ਉੱਤੇ ਵਬਾਲ ਉਹਦੀ ਬੇਈਮਾਨੀ ਦਾ ਤੇ ਨਾ ਵਧਾਵੇਗੀ ਬੇਈਮਾਨਾਂ ਨੂੰ ਬੇਈਮਾਨੀ ਉਹਨਾਂ ਦੀ ਉਹਨਾਂ ਦੇ ਰੱਬ ਕੋਲ ਪਰ ਗੁੱਸਾ ਤੇ ਨਾ ਵਧਾਏਗੀ ਬੇਈਮਾਨਾਂ ਨੂੰ ਬੇਈਮਾਨੀ ਉਹਨਾਂ ਦੀ ਪਰ ਕਾਟਾ ਹਬੀਬ ਤੁਸੀਂ ਆਖੋ ਪਲਾ ਰੇਖੇ ਜੇ ਸ਼ਰੀਕ ਆਪਣੇ ਜਿਨ੍ਹਾਂ ਨੂੰ 7 ਦੇ 100 ਸਵਾਲ ਅੱਲਾ ਦੇ ਉਹ ਖਾਓ ਮੈਨੂੰ ਕੀ ਕੁਝ ਪੈਦਾ ਕੀਤਾ ਨੇ ਜ਼ਮੀਨ ਵਿੱਚੋਂ ਜਾਂ ਉਹਨਾਂ ਦਾ ਕੁਝ ਸੰਝ ਆਇਆ ਅਸਮਾਨ ਵਿੱਚ ਜਾਂ ਦਿੱਤੀ ਐ ਸਾਨੂੰ ਕੋਈ ਕਿਤਾਬ ਸੋ ਉਹਨਾਂ ਕੋਲ ਕੋਈ ਦਲੀਲ ਹੈ ਉਸ ਦੀ ਸਗੋਂ ਨਹੀਂ ਵਾਦਾ ਦਿੰਦੇ ਜ਼ਾਲਮ ਇੱਕ ਦੂਜੇ ਨੂੰ ਪਰ ਫਰੇਬ ਦਾ ਅੱਲਾ ਜ਼ਰੂਰ ਥੰਮਦਾ ਆਸਮਾਨਾਂ ਤੇ ਜ਼ਮੀਨ ਨੂੰ ਤਾਂ ਡਿਗਣਾ ਪੈਣ ਤੇ ਜੇ ਡਿਗ ਪੈਣ ਨਾ ਥੰਮ ਸਕੇ ਉਹਨਾਂ ਨੂੰ ਕੋਈ ਵੀ ਉਸ ਦੇ ਪਿੱਛੋਂ ਉਹ ਜ਼ਰੂਰੀ ਏ ਤਹਾ ਮੂਲ ਵਾਲਾ ਬਖਸ਼ਨ ਹਾਰ ਕਸਮ ਖਾਦ ਜੀ ਸਾਨੇ ਅੱਲਾ ਦੀ ਪੱਕੀ ਕਸਮਾਂ ਆਪਣੀਆਂ ਦੇ ਪਈ ਜੇ ਆਵੇਗਾ ਉਹਨਾਂ ਕੋਈ ਡਰਾਉਣ ਵਾਲਾ ਤਾਂ ਹੋ ਜਾਣਗੇ ਬਦੀਰੇ ਹਿਦਾਇਤ ਵਾਲੇ ਸਾਰੀਆਂ ਉਮਤਾਂ ਵਿੱਚੋਂ ਦੂਸਰੀ ਹਿਦਾਇਤ ਵਾਲੀ ਉਮਤ ਨਾਲੋਂ ਵੀ ਫੇਰ ਜਦ ਆਇਆ ਉਹਨਾਂ ਕੋਈ ਡਰਾਉਣ ਵਾਲਾ ਨਾ ਉਧਾਇਓ ਸੂ ਉਹਨਾਂ ਦਾ ਪਰਤ ਰਹਿਣਾ ਉਚਾਈ ਕਰਨ ਲਈ ਮੁਲਕ ਵਿੱਚ ਤੇ ਬੁਰੇ ਦਾ ਲਾਂਣ ਲਈ ਤੇ ਨਹੀਂ ਕਿਹਾਦਾ ਬਵਾਲ ਬੁਰੇ ਦਾ ਲਾਂਣ ਦਾ ਪਰ ਦਾ ਲਾਂਣ ਵਾਲਿਆਂ ਨੂੰ ਤੇ ਨਹੀਂ ਉਗੀਕਦੇ ਨੇ ਪਰ ਦਸਤੂਰ ਅਗਲਿਆਂ ਦਾ ਸੋ ਨਹੀਂ ਵੇਖੇਗਾ ਤੂੰ ਅੱਲਾ ਦੇ ਦਸਤੂਰ ਦਾ ਬਦਲਾਣਾ ਤੇ ਨਹੀਂ ਵੇਖੇਗਾ ਅੱਲਾ ਦੇ ਦਸਤੂਰ ਦਾ ਪਾਉ ਆਣਾ ਭਲਾ ਤੇ ਫਿਰੇ ਨਹੀਂ ਜ਼ਮੀਨ ਵਿੱਚ ਜੇ ਵੇਖਦੇ ਕੀ ਕਰ ਹੋਇਆ ਉਲਕੋ ਉਹਨਾਂ ਦਾ ਜਿਹੜੇ ਪਹਿਲੇ ਛਣ ਇਹਨਾਂ ਦੇ ਤੇ ਉਹ ਵਧੇਰੇ ਸਖਤ ਛਣ ਇਹਨਾਂ ਨਾਲੋਂ ਜ਼ੋਰ ਵਿੱਚ ਤੇ ਅਜਿਆ ਨਹੀਂ ਹੈ ਅੱਲਾ ਜੋ ਹਰਾ ਸਕੇ ਉਹਨੂੰ ਕੋਈ ਚੀਜ਼ ਅਸਮਾਨਾਂ ਵਿੱਚ ਤੇ ਨਾ ਜ਼ਮੀਨ ਵਿੱਚ ਉਹ ਜ਼ਰੂਰ ਹੈ ਜਾਨੂ ਕਰਨ ਯੋਗ ਤੇ ਜੇ ਪਕੜਨ ਲੱਗੇ ਅੱਲਾ ਲੋਕਾਂ ਨੂੰ ਬਦਲੇ ਉਹਨਾਂ ਦੇ ਕੀਤੇ ਦੇ ਨਾ ਛੱਡੇ ਜ਼ਮੀਨ ਦੀ ਕੰਢ ਉਤੇ ਇੱਕ ਜਾਨਦਾਰ ਨੂੰ ਵੀ ਪਰ ਟਿੱਲ ਦਿੰਦਾ ਹੈ ਉਹਨਾਂ ਨੂੰ ਇੱਕ ਮੁੱਦਤ ਮੁਕਰਰ ਤੀਕ ਫਿਰ ਜਦ ਆਵੇਗੀ ਮੁੱਦਤ ਉਹਨਾਂ ਦੀ ਤਾਂ ਅੱਲਾ ਜ਼ਰੂਰ ਹੈ ਆਪਣੇ ਬੰਦਿਆਂ ਨੂੰ ਵੇਖਦਾ